ਰਿਮਾਂਡ ਚੈਲੰਜ ਕੀਤਾ ਸੀਗਾ, ਉਹਦੇ ਬਾਰੇ ਅਸੀਂ ਬਹਿਸ ਕੀਤੀ ਹੈ ਤੇ ਜੱਜ ਸਾਹਿਬ ਨੇ ਘੰਟੇ ਬਾਅਦ ਫੈਸਲਾ ਸੁਣਾਉਣਾ। ਅਸੀਂ ਇਹੀ ਗੱਲ ਕਹੀ ਸੀ ਕਿ ਜਿਹੜਾ ਇਹਨਾਂ ਨੇ ਅਰੈਸਟ ਕੀਤੀ ਹੈ ਉਹ ਵੀ ਇਲੀਗਲ ਹੈ, ਔਰ ਜਿਹੜਾ ਪਿਛਲੀ ਵਾਰੀ 5 ਦਿਨ ਦਾ ਰਿਮਾਂਡ ਲਿਆ ਉਹ ਵੀ ਇਲੀਗਲ ਹੈ, ਔਰ ਇਸ ਬਾਰੇ ਸੁਪਰੀਮ ਕੋਰਟ ਨੇ ਜਜਮੈਂਟਾਂ ਦਿੱਤੀਆਂ। ਬਾਕੀ ਜੋ ਜੱਜ ਸਾਹਿਬ ਦਾ ਫੈਸਲਾ ਹੋਏਗਾ ਉਹਦੀ ਅਸੀਂ ਵੇਟ ਕਰਾਂਗੇ ਤੇ ਫਿਰ ਅਗਲਾ ਸੋਚਾਂਗੇ ਕੀ ਕਰਨਾ। ਕੀ ਲੱਗਦਾ ਜਿਹੜਾ ਵੀ ਇਹਨਾਂ ਨੇ, ਦੇਖੋ ਜੱਜ ਸਾਹਿਬ ਦੇ ਆਰਡਰ ਬਾਰੇ ਮੈਂ ਕੁਝ ਦੱਸ ਨਹੀਂ ਸਕਦਾ, ਅਸੀਂ ਆਪਣੀ ਪੂਰੀ ਜ਼ੋਰ ਲਾ ਕੇ ਆਏ ਹਾਂ ਤੇ ਉਸ ਤੋਂ ਬਾਅਦ ਜੋ ਜਿਸ ਹਿਸਾਬ ਨਾਲ ਆਰਡਰ ਹੋਏਗਾ ਫਿਰ ਸੋਚਾਂਗੇ ਕਿ ਅਸੀਂ ਕੀ ਕਰਨਾ। 7 ਦਿਨ ਦਾ ਦੁਬਾਰਾ ਰਿਮਾਂਡ ਮੰਗਿਆ ਉਹਨਾਂ ਨੇ। ਸਰ ਪਹਿਲੇ ਵਿਜੀਲੈਂਸ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ, ਉਸ ਤੋਂ ਬਾਅਦ ਈਡੀ ਦੀ ਕਾਰਵਾਈ। ਇਹੀ ਅਸੀਂ ਅੱਜ ਆਰਗਿਊ ਕੀਤਾ ਸੀਗਾ ਕਿ ਜੇ ਅਰੈਸਟ ਕਰਨਾ ਸੀਗਾ ਤੇ ਉਸ ਟਾਈਮ 8 ਮਹੀਨੇ ਕਸਟਡੀ ਸੀ, ਉਦੋਂ ਕਿਉਂ ਨਹੀਂ ਅਰੈਸਟ ਕੀਤਾ? 2 ਸਾਲ ਕਿਸ ਕਿਉਂ ਕਿਸ ਲਈ ਵੇਟ ਕੀਤਾ ਹੈ ਕਿ ਉਹਨਾਂ ਨੂੰ ਪਹਿਲਾਂ ਜਦੋਂ ਬੇਲ ਹੋ ਜਾਏ ਦੁਬਾਰਾ ਅਰੈਸਟ ਕਰਨਾ ਹੈ? ਐਸਾ ਕਿਹੜਾ ਰੀਜ਼ਨ? ਈਡੀ ਪਹਿਲਾਂ ਉਹਨਾਂ ਨੂੰ ਜਿਹੜਾ ਇਨਵੈਸਟੀਗੇਸ਼ਨ ਕੀਤਾ ਸੀ, ਈਡੀ ਨੇ ਇਹਨਾਂ ਨੂੰ 1 ਤਰੀਕ ਨੂੰ ਬੁਲਾਇਆ ਸੀਗਾ, 1 ਤਰੀਕ ਨੂੰ ਜੁਆਇਨ ਕਰਨ ਗਏ ਸੀਗੇ, ਸਾਰੀ ਦਿਹਾੜੀ ਉੱਥੇ ਰਹੇ ਆ, ਸ਼ਾਮ ਨੂੰ ਉਹਨਾਂ ਨੇ 7:15 ਵਜੇ ਅਰੈਸਟ ਪਾ ਲਈ ਸੀ। ਇਹਨਾਂ ਨੂੰ ਪਹਿਲੀ ਵਾਰੀ ਬੁਲਾਇਆ ਸੀਗਾ, ਬਾਕੀ ਸਾਰਿਆਂ ਦੇ ਬਿਆਨ ਪਹਿਲਾਂ ਲਿਖੇ। ਸਰ ਕਿੰਨੇ ਵੀ ਕਾਫੀ ਬੰਦਿਆਂ ਦੇ ਨਾਮ ਵਿੱਚ ਨਹੀਂ, ਇਸ ਟਾਈਮ ਹਾਲੇ ਤੱਕ ਜਿਹੜਾ ਇਹਨਾਂ ਨੇ ਕਿਸੇ ਡਿਸਕਲੋਜ਼ ਨਹੀਂ ਕੀਤਾ ਕਿਹਦੇ ਕਿਹਦੇ ਨਾਮ ਹੈ, ਬਾਕੀਆਂ ਦੇ ਬਿਆਨ ਹੀ ਲਿਖੇ ਨੇ ਐਜ਼ ਐਨ ਅਕਿਊਜ਼, ਸਿਰਫ ਇੱਕੋ ਨੂੰ ਬਣਾਇਆ ਹਾਲੇ ਤੱਕ। ਉਹ ਤਾਂ ਕਹਿ ਰਹੇ ਨੇ ਕਿ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ ਜਿਸ ਗੱਲ ਹੈਗੀ ਹੈ ਕਿ ਪਰੂਫ ਤਾਂ ਜਦੋਂ ਗਵਾਹੀਆਂ ਸ਼ੁਰੂ ਹੋਣਗੇ ਉਦੋਂ ਪਤਾ ਲੱਗੇਗਾ ਨਾ, ਇਸ ਟਾਈਮ ਤਾਂ ਸਿਰਫ ਇਨਵੈਸਟੀਗੇਸ਼ਨ ਚੱਲ ਰਹੀ ਹੈ। ਬਾਕੀ ਪਰੂਫ ਤਾਂ ਇਸ ਟਾਈਮ ਜਦੋਂ ਸਾਡੇ ਕੋਲ ਆਣਗੇ ਫਿਰ ਦੇਖਾਂਗੇ ਉਹ ਪਰੂਫ ਇਹਨਾਂ ਦੇ ਹਿਸਾਬ ਨਾਲ ਠੀਕ ਹੈ ਜਾਂ ਡਿਫੈਂਸ ਦੇ ਹਿਸਾਬ ਨਾਲ। ਜਿਹੜੀ ਸਰ ਐਲੀਗੇਸ਼ਨ ਹੈ ਜਿਸ ਫੈਕਟ ਤੇ ਜਿਹੜੀ ਈਡੀ ਨੇ ਕਾਰਵਾਈ ਕੀਤੀ, ਮੈਂ ਉਹੀ ਕਹਿ ਰਿਹਾ ਜੀ, ਜੋ ਉਹ ਤਾਂ ਜਦੋਂ ਉਹਨਾਂ ਨੇ ਆਪਣੇ ਪਰੂਫ ਦੇ ਹਿਸਾਬ ਨਾਲ ਕੀਤਾ, ਜਦੋਂ ਉਹਦਾ ਟ੍ਰਾਇਲ ਚੱਲੇਗਾ ਅਸੀਂ ਦੇਖਾਂਗੇ ਉਹ ਪਰੂਫ ਕੀ ਹੈਗੇ। ਹਾਲੇ ਤਾਂ ਸਾਨੂੰ ਪਤਾ ਵੀ ਨਹੀਂ ਇਹਨਾਂ ਕੋਲ ਕੀ ਪਰੂਫ ਹੈ, ਸਿਰਫ ਮਨੀ ਟੇਲ ਬਣਾ ਰਹੇ ਆ, ਕੋਈ ਡਾਇਰੈਕਟ ਐਵੀਡੈਂਸ ਸਾਡੇ ਹਿਸਾਬ ਨਾਲ ਤੇ ਇਹਨਾਂ ਦੇ ਖਿਲਾਫ ਹੈ ਹੀ ਨਹੀਂ ਹੈ।